ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਦਿਲਚਸਪ ਜਾਣਕਾਰੀ ਭਰਪੂਰ ਵੀਡੀਓ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿਸਾਨ ਸੰਘਰਸ਼ ਹੈ ਜਿਹੜਾ ਕਾਫੀ ਸਮੇਂ ਤੋਂ ਲਗਾਤਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਹੈ ਤੇ ਇਸ ਸੰਘਰਸ਼ ਦੇ ਵਿੱਚ ਕਈ ਪੜਾਅ ਆਏ ਸੰਘਰਸ਼ਾ ਜਿਹੜਾ ਪੰਜਾਬ ਤੋਂ ਹੁੰਦਾ ਹੋਇਆ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਤੇ ਉਸ ਤੋਂ ਬਾਅਦ ਸਾਰਾ ਦੇਸ਼ ਵਿਆਪੀ ਸੰਘਰਸ਼ ਬਣ ਗਿਆ ਇਸ ਪੂਰੇ ਸੰਘਰਸ਼ ਦੌਰਾਨ ਇੱਕ ਕਿਸਾਨ ਆਗੂ ਦੀ ਚਰਚਾ ਅਕਸਰ ਹੀ ਸੁਣਨ ਨੂੰ ਮਿਲਦੀ ਹੈ ਸਰ ਛੋਟੂ ਰਾਮ ਸਰ ਛੋਟੂ ਰਾਮ ਕੌਣ ਸਨ ਉਹਨਾਂ ਦਾ ਕੀ ਏਜੰਡਾ ਸੀ ਕੀ ਕੀ ਕੰਮ ਉਹਨਾਂ ਨੇ ਕੀਤੇ ਆਪਦੀ ਜ਼ਿੰਦਗੀ ਵਿੱਚ ਇਸ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਵਿੱਚ ਸੰਖੇਪ ਵੀਡੀਓ ਵਿੱਚ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਹੈ ਜੀ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਇਸ ਦਾ ਵੱਡਾ ਕਾਰਨ ਲਾਲ ਕਿਲੇ ਵਾਲੀ ਘਟਨਾ ਨੂੰ ਛੱਡ ਕੇ ਮੁਜਾਰੇ ਸ਼ਾਂਤੀਮੀ ਤਰੀਕੇ ਨਾਲ ਆਪਣੀ ਆਵਾਜ਼ ਨੂੰ عوام ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਨ ਕਿਸਾਨਾਂ ਆਗੂ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਲਗਾਤਾਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ ਇਸੇ ਲੜੀ ਦੀਆਂ ਕਿਸਾਨਾਂ ਆਗੂ ਸਰ ਛੋਟੂ ਰਾਮ ਦੇ ਜਨਮ ਦਿਹਾੜੇ ਮੌਕੇ ਦੇਸ਼ ਭਰ ਚ ਇੱਕ ਜੁੜਤਾ ਵਿਖਾਉਣਗੇ ਸਰ ਛੋਟੂ ਰਾਮ ਕੌਣ ਸਨ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ ਜੀ ਸਰ ਛੋਟੂ ਰਾਮ ਦਾ ਜਨਮ 1881 ਨੂੰ ਜ਼ਿਲ੍ਹਾ ਰੋहतक ਵਿੱਚ ਸਾਪਲਾ ਨਾਮ ਦੇ ਪਿੰਡ ਵਿਖੇ ਚੌਧਰੀ ਸੁਖੀ ਰਾਮ ਜਾਟ ਦੇ ਘਰ ਹੋਇਆ ਸਰ ਛੋਟੂ ਰਾਮ ਦਾ ਅਸਲੀ ਨਾਮ ਰਾਮ ਰਿਸ਼ਪਾਲ ਸੀ ਪਰ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੋਣ ਕਾਰਨ ਆਪ ਦੇ ਨਾਮ ਨਾਲ ਛੋਟੂ ਸ਼ਬਦ ਜੁੜ ਗਿਆ ਤੇ ਮਗਰੋਂ ਇਹ ਨਾਮ ਪ੍ਰਸਿੱਧ ਹੋਇਆ ਸਕੂਲ ਵਿੱਚ ਵੀ ਇਹੋ ਨਾਮ ਲਿਖਿਆ ਗਿਆ ਸੀ ਇਸੇ ਕਰਕੇ ਆਪ ਨੂੰ ਸਾਰੀ ਉਮਰ ਸਰ ਛੋਟੂ ਰਾਮ ਨਾਮ ਨਾਲ ਹੀ ਜਾਣਿਆ ਗਿਆ ਸਰ ਛੋਟੂ ਰਾਮ ਨੇ ਸੈਂਟ ਸਟੀਫਨ ਕਾਲਜ ਦਿੱਲੀ ਤੋਂ ਬੀਏ ਪਾਸ ਕੀਤੀ ਮਗਰੋਂ ਕਲੰਕਰ ਰਿਆਸਤ ਦੇ ਰਾਜਾ ਰਾਮਪਾਲ ਦੇ ਨਿੱਜੀ ਸਹਾਇਕ ਵਜੋਂ ਸੇਵਾਵਾਂ ਵੀ ਦਿੱਤੀਆਂ ਇਸ ਤੋਂ ਪਿੱਛੋਂ ਕਾਨੂੰਨ ਕਾਲਜ ਲਾਹੌਰ ਵਿੱਚ ਪੜ੍ਹਾਈ ਦੇ ਨਾਲ-ਨਾਲ ਸਕੂਲ ਵਿੱਚ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਸਾਲ 1911 ਵਿੱਚ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਪਹਿਲਾਂ ਆਗਰਾ ਤੇ ਫਿਰ ਰੋहतक ਵਿਖੇ ਵਕਾਲਤ ਵੀ ਕੀਤੀ ਇਸ ਸਮੇਂ ਸਰ ਛੋਟੂ ਰਾਮ ਦਾ ਨਾਂ ਰੋहतक ਦੇ ਮੰਨੇ ਪਰਮੰਨੇ ਵਕੀਲਾਂ ਵਿੱਚ ਗਿਣਿਆ ਜਾਣ ਲੱਗਾ ਸਰ ਛੋਟੂ ਰਾਮ ਦੱਬੇਲੇ ਕੁਚਲੇ ਅਤੇ ਲੁੱਟ ਤੇ ਸ਼ਿਕਾਰ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਨੇਤਾ ਸਨ ਉਰਦੂ ਵਿੱਚ ਜਾੜ ਗਜੜ ਨਾਂ ਦਾ ਅਖਬਾਰ ਜਾਰੀ ਕਰਕੇ ਪਿੰਡੂ ਲੋਕਾਂ ਵਿੱਚ ਜਾਗਰਤੀ ਲਿਆਂਦੀ ਉਹਨਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਆਪ ਜਿਲ੍ਹਾ ਕਾਂਗਰਸ ਕਮੇਟੀ ਰੋਤਕ ਦੇ ਪ੍ਰੈਜ਼ੀਡੈਂਟ ਵੀ ਬਣੇ 1919 ਨੂੰ ਮਹਾਤਮਾ ਗਾਂਧੀ ਵੱਲੋਂ ਚਲਾਇਆ ਸਤਿਆਗ੍ਰਹਿ ਅੰਦੋਲਨ ਵਿੱਚ ਸ਼ਾਮਲ ਹੋਏ ਪਰ ਜਦ 1920 ਵਿੱਚ ਜਦੋਂ ਇਹ ਅੰਦੋਲਨ ਵਾਪਸ ਲਿਆ ਤਾਂ ਆਪ ਮਹਾਤਮਾ ਗਾਂਧੀ ਤੋਂ ਨਾਰਾਜ਼ ਹੋ ਕੇ ਕਾਂਗਰਸ ਤੋਂ ਵੱਖ ਹੋ ਗਏ ਯੂਨੀਅਨਿਸਟ ਪਾਰਟੀ ਸਰ ਛੋਟੂ ਰਾਮ ਦਾ ਸੰਪਰਕ ਸਕੰਦਰ ਹਯਾਤ ਖਾਨ ਤੇ ਫੈਜ਼ਲ ਏ ਹੁਸੈਨ ਖਾਨ ਨਾਲ ਹੋਇਆ ਇਸ ਤਰ੍ਹਾਂ ਇੱਕ ਸ਼ਕਤੀਸ਼ਾਲੀ ਟਿਕੜੀ ਹੋਣ ਦੇ ਵਿੱਚ ਆ ਗਈ ਤਿੰਨਾਂ ਨੇ ਮਿਲ ਕੇ ਯੂਨੀਅਨਿਸਟ ਪਾਰਟੀ ਬਣਾਈ ਸਰ ਛੋਟੂ ਰਾਮ 1923 ਈਸਵੀ ਵਿੱਚ ਸਥਾਪਿਤ ਯੂਨੀਅਨਿਸਟ ਪਾਰਟੀ ਦੇ ਬਾਣੀਆਂ ਵਿੱਚੋਂ ਇੱਕ ਉਨਾ ਹਿੰਦੂ ਜੱਟਾਂ ਮੁਸਲਮਾਨਾਂ ਤੇ ਸਿੱਖਾਂ ਨੂੰ ਉਰਲਾਕ ਯੂਨੀਅਨਿਸਟ ਪਾਰਟੀ ਦਾ ਮੋਢ ਰੱਖਿਆ ਇਸ ਪਾਰਟੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਲਗਭਗ 15 ਸਾਲ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ 1926 ਤੋਂ 1931 ਵਿੱਚ ਵਿਧਾਨ ਸਭਾ ਵਿੱਚ ਯੂਨੀਅਨਿਸਟ ਪਾਰਟੀ ਦੇ ਲੀਡਰ ਰਹੇ। ਸਾਲ 1936 ਵਿੱਚ ਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਚੁਣੇ ਗਏ। ਸਰ ਛੋਟੂ ਰਾਮ ਨੂੰ ਖੇਤੀਬਾੜੀ, ਸਿੱਖਿਆ ਤੇ ਉਦਯੋਗ ਦੇ ਮੱਖਮਿਆਂ ਦਾ ਮੰਤਰੀ ਵੀ ਥਾਪਿਆ ਗਿਆ। ਇਹ ਜ਼ਿੰਮੇਵਾਰੀ ਆਪਨੇ ਪੂਰੀ ਇਮਾਨਦਾਰੀ ਨਾਲ ਨਿਭਾਈ। ਗੋਰੇ ਹਾਕਮਾ ਤੋਂ 1930 ਤੋਂ 1942 ਦੇ 13 ਸਾਲਾਂ ਵਿੱਚ ਕਿਸਾਨ ਭਲਾਈ ਦੇ 22 ਐਕਟ ਤੇ ਬਿੱਲ ਪਾਸ ਕਰਵਾਉਣ ਦਾ ਸਿਹਰਾ ਸਰ ਛੋਟੂ ਰਾਮ ਦੇ ਸਿਰ ਬਹਦਾ ਹੈ। ਸਰ ਛੋਟੂ ਰਾਮ ਵੱਲੋਂ ਮੰਤਰੀ ਹੁੰਦਿਆਂ ਪਿੰਡਾਂ ਦੇ ਵਿਕਾਸ ਲਈ ਮਿਡ ਬਣਾਉਣੀਆਂ ਪਸ਼ੂ ਡਿਸਪੈਂਸਰੀਆਂ ਬਣਾਉਣ ਵਰਗੇ ਵੱਡੇ ਕਾਰਜ ਕੀਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਭਲਾਈ ਪੰਡ ਨੂੰ ਸਥਾਪਿਤ ਕੀਤਾ ਸ਼ਾਹੂਕਾਰ ਪੰਜੀਕਰਨ ਐਕਟ 1938 ਲਾਗੂ ਕਰਵਾਇਆ ਫਿਰ ਗਿਰਵੀ ਜ਼ਮੀਨਾਂ ਦੇ ਮੁਫਤ ਵਕਸੀ ਐਕਟ 1938 ਵਿੱਚ ਸਰ ਛੋਟੂ ਰਾਮ ਦੀ ਮਿਹਨਤ ਸਦਕਾ ਲਾਗੂ ਹੋਇਆ ਕਰਜ ਮੈਫੀ ਐਕਟ 1933 ਨੂੰ ਲਾਗੂ ਕਰਵਾਉਣ ਦੇ ਵਿੱਚ ਸਰ ਛੋਟੂ ਰਾਮ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਖੇਤੀ ਉਤਪਾਦ ਮੰਡੀ ਐਕਟ 1938 ਨੂੰ ਲਾਗੂ ਕਰਵਾਉਣ ਲਈ ਸਰ ਛੋਟੂ ਰਾਮ ਵੱਲੋਂ ਲੰਬਾ ਸੰਘਰਸ਼ ਵੀ ਲੜਿਆ ਗਿਆ ਸੰ 1945 ਚ ਆਪ ਦੀ ਮੌਤ ਹੋ ਗਈ ਸਰ ਛੋਟੂ ਰਾਮ ਜੀਵਨ ਭਰ ਇੱਕ ਧਰਮ ਨਿਰਪੱਖ ਵਿਅਕਤੀ ਰਹੇ ਇੱਕ ਕਿਸਾਨ ਦੇ ਜੀਵਨ ਵਿੱਚ ਦਿਲਚਸਪੀ ਰੱਖਣ ਤੋਂ ਇਲਾਵਾ ਆਪ ਨੇ ਮੁੱਖ ਤੌਰ ਤੇ ਨਿੱਜੀ ਉਦਮ ਦੇ ਹੱਥਾਂ ਵਿੱਚੋਂ ਦੀ ਵੱਡੇ ਪੱਮਾਨੇ ਤੇ ਉਦਯੋਗੀਕਰਨ ਲਿਆਉਣ ਦਾ ਵੀ ਸਮਰਥਨ ਕੀਤਾ ਰੌਲੀ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਸਰ ਛੋਟੂ ਰਾਮ ਭਾਰਤ ਦਾ ਪਟਵਾਰਾ ਕਰਨ ਦੀ ਮੰਗ ਦੇ ਵੀ ਵਿਰੋਧੀ ਸਨ ਉਹ ساری ਉਮਰ ਕਿਸਾਨਾਂ ਦੇ ਹੱਕਾਂ ਦੇ ਲਈ ਲੜਦੇ ਜੂਝਦੇ ਰਹੇ ਤਾਂ ਦੋਸਤੋ ਇਹ ਸੀ ਸਾਡੀ ਛੋਟੀ ਜੀ ਵੀਡੀਓ ਜਿਸ ਅਸੀਂ ਕਿਸਾਨ ਆਗੂ ਸਰ ਛੋਟੂ ਰਾਮ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਦੋਸਤਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈ ਜਲਦੀ ਮਿਲਦੇ ਹਾਂ ਇੱਕ ਨਵੀਂ ਤੇ ਜਾਣਕਾਰੀ ਭਰਪੂਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ